ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਗਲੇ 3 ਸਾਲਾਂ ਦੇ ਵਿੱਚ ਐਡਮਿੰਟਨ ਦੇ ਵਿੱਚ 5200 ਤੋਂ ਵੱਧ ਨਵੇਂ ਹਾਊਸਿੰਗ ਯੂਨਿਟਾਂ ਦਾ ਨਿਰਮਾਣ ਕਰਨ ਦੇ ਲਈ ਡਾਲਰ 175 ਮਿਲੀਅਨ ਦੀ ਫੰਡਿੰਗ ਦੇਣ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਇੱਕ ਕਾਨਫਰੰਸ ਦੇ ਦੌਰਾਨ ਟਰੂਡੋ ਨੇ ਐਡਮਿੰਟਨ ਦੇ ਮੇਅਰ ਅਮਰਜੀ ਸੋਹੀ ਅਤੇ ਐਡਮਿੰਟਨ ਤੋਂ ਐਮਪੀ ਤੇ ਕੈਬਨਿਟ ਮੰਤਰੀ ਰੈਂਡੀ ਬਾਇਸੋਲੋਂ ਦੇ ਨਾਲ ਇੱਕ ਹਾਊਸਿੰਗ ਪ੍ਰੋਜੈਕਟ ਸਾਈਟ ਦਾ ਵੀ ਦੌਰਾ ਕੀਤਾ ਇਹ ਫੰਡਿੰਗ ਹਾਊਸਿੰਗ ਐਕਸੀਲੇਟਰ ਫੰਡ ਦੇ ਤਹਿਤ ਕੀਤੀ ਜਾਵੇਗੀ ਹਾਊਸਿੰਗ ਐਕਸੀ ਐਕਸੀਲੇਟਰ ਫੰਡ ਦਾ ਉਦੇਸ਼ ਭੂਮੀ ਵਰਤੋਂ ਦੀ ਯੋਜਨਾਬੰਦੀ ਅਤੇ ਵਿਕਾਸ ਪ੍ਰਵਾਨਗਿਆਂ ਨੂੰ ਸੁਚਾਰੂ ਬਣਾ ਕੇ ਵਧੇਰੇ ਹਾਊਸਿੰਗ ਯੂਨਿਟਾਂ ਦਾ ਨਿਰਮਾਣ ਕਰਨਾ ਹੈ ਟ੍ਰੋਡੋ ਨੇ ਕਿਹਾ ਕਿ ਇਹ ਫੰਡਿੰਗ ਸ਼ਹਿਰ ਦੇ ਵਿੱਚ ਹੋਰ ਰਿਹਾਇਸ਼ੀ ਵਿਕਲਪ ਪੈਦਾ ਕਰੇਗੀ ਜਿਸ ਦੇ ਵਿੱਚ ਕਿਰਾਏ ਦੇ ਘਰ, ਕਿਫਾਇਤੀ ਅਪਾਰਟਮੈਂਟਸ ਅਤੇ ਯੂਨੀਵਰਸਿਟੀਆਂ ਤੇ ਕਾਲਜ ਕੈਂਪਸ ਦੇ ਨੇੜੇ ਰਿਹਾਇਸ਼ ਸ਼ਾਮਿਲ ਹੈ ਟਰੂਡੋ ਨੇ ਕਿਹਾ ਹੈ ਕਿ ਪਿਛਲੇ ਦਹਾਕੇ ਦੌਰਾਨ ਲਿਬਰਲ ਤੇ ਕੰਜ਼ਰਵੇਟਿਵ ਦੋਹਾਂ ਦੇ ਕਾਰਜਕਾਲ ਦੀਆਂ ਫੈਡਰਲ ਸਰਕਾਰਾਂ ਹਾਊਸਿੰਗ ਦੇ ਵਿੱਚ ਮਦਦ ਕਰਨ ਤੋਂ ਪਿੱਛੇ ਹਟੀਆਂ ਨੇ ਤੇ ਉਹਨਾਂ ਨੂੰ ਦੁਬਾਰਾ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਹੈ ਕਿ ਕਫਾਇਤੀ ਘਰ ਬਣਾਉਣਾ ਇੱਕ ਜ਼ਬਰਦਸਤ ਚੁਣੌਤੀ ਬਣ ਗਿਆ ਹੈ ਤੇ ਸਮਾਂ ਆ ਗਿਆ ਹੈ ਕਿ ਅੜਿੱਕਿਆਂ ਨੂੰ ਹਟਾਉਣ ਤੇ ਕੰਮ ਨੂੰ ਪੂਰਾ ਕਰਨ ਦੇ ਲਈ ਮਿਨਿਸਪਲਟੀਆਂ ਦੇ ਨਾਲ ਕੰਮ ਕੀਤਾ ਜਾਵੇ। BC ਆਨਲਾਈਨ ਪਲੈਟਫਾਰਮ ਮੈਰੀ ਮੈਪ ਦੀ ਇੱਕ ਰਿਪੋਰਟ ਦੇ ਅਨੁਸਾਰ 2023 ਵਿੱਚ ਕੈਨੇਡਾ ਵਿੱਚ ਵਾਕ ਇਨ ਕਲੀਨਿਕਸ ਸਭ ਤੋਂ ਵੱਧ ਉਡੀਕ ਸਮਾਂ ਪਾਈ ਗਏ ਨੇ BC ਦੇ ਅੰਦਰ ਉੱਤਰੀ ਵੈਂਕੂਵਰ ਨੇ 2022 ਦੇ ਅੰਕੜੇ ਵਿੱਚ ਸਾਈਮੈਂਟ ਵੱਧ ਉਸਨ 187 ਮਿੰਟਾਂ ਦੀ ਉਡੀਕ ਦੇ ਨਾਲ ਸਭ ਤੋਂ ਲੰਬਾ ਉਡੀਕ ਸਮਾਂ ਜਿਹੜਾ ਦੇਖਿਆ ਵਿਕਟੋਰੀਆ ਨੇ ਦੂਜਾ ਸਭ ਤੋਂ ਲੰਬਾ ਔਸਤ ਇੰਤਜ਼ਾਰ ਦਾ ਸਮਾਂ ਦੇਖਿਆ ਜ਼ਿਆਦਾਤਰ ਮਰੀਜ਼ ਜਿਹੜੇ ਉਹ ਲਗਭਗ 107 ਮਿੰਟ ਤੱਕ ਇੰਤਜ਼ਾਰ ਕਰਦੇ ਰਹੇ ਕਲੋਨਾ ਨੇ 104 ਮਿੰਟ ਦਾ ਤੇਜਾ ਸਭ ਤੋਂ ਲੰਬਾ ਉਡੀਕ ਸਮਾਂ ਦੱਸਿਆ ਮੈਨੀਟੋਬਾ ਤੇ অন্ਟਰੀਓ ਦੇ ਵਿੱਚ 2023 ਦੇ ਵਿੱਚ ਰਾਸ਼ਟਰੀ ਤੌਰ ਤੇ ਸਭ ਤੋਂ ਔਸਤ ਇੰਤਜ਼ਾਰ ਲੰਮਾ ਸਮਾਂ ਸੀ ਜਿਸ ਦੇ ਵਿੱਚ ਮਰੀਜ਼ ਕਰਮਵਾਰ 45 ਮਿੰਟ ਤੇ 59 ਜਿਹੜਾ ਮਿੰਟਾਂ ਤੱਕ ਉਡੀਕ ਕਰਦੇ ਹੀ ਨਜ਼ਰ ਆਏ BC ਨੇ ਆਪਣਾ ਰਿਕਾਰਡ ਤੋੜਿਆ ਹੈ ਇਕ ਨਵੀਂ ਰਿਪੋਰਟ ਦੇ ਅਨੁਸਾਰ BC ਕੈਨੇਡਾ ਵਿੱਚ ਹੋਰ ਥਾਵਾਂ ਦੇ ਮੁਕਾਬਲੇ ਵਾਕ ਇਨ ਕਲੀਨਿਕਾਂ ਦੇ ਵਿੱਚ ਡਾਕਟਰ ਨੂੰ ਮਿਲਣ ਲਈ ਔਸਤਨ ਸਭ ਤੋਂ ਲੰਬਾ ਇੰਤਜ਼ਾਰ ਕਰਦੇ ਨੇ ਜਿਹੜੇ BC ਵਾਸੀ 2023 ਵਿੱਚ ਵਾਕ ਇਨ ਕਲੀਨਿਕ ਦਾ ਦੌਰਾ ਕਰਨ ਵਾਲੇ ਨੇ ਇਲਾਜ ਤੋਂ ਪਹਿਲਾਂ ਉਡੀਕ ਕਮਰੇ ਵਿੱਚ ਉਹਨਾਂ ਨੇ ਔਸਤਨ 93 ਮਿੰਟ ਬਿਤਾਏ 2022 ਦੇ ਮੁਕਾਬਲੇ 14 ਮਿੰਟ ਲੰਬੇ ਤੇ 68 ਮਿੰਟ ਦੀ ਰਾਸ਼ਟਰੀ ਔਸਤ ਦੇ ਮੁਕਾਬਲੇ 25 ਮਿੰਟ ਲੰਬੇ ਨੇ ਡਾਟਾ ਮੈਡੀ ਮੈਪ ਦੇ ਅਨੁਸਾਰ BC ਅਲਬਰਟਾ ਸਸਕੈਚਵਨ ਮੈਨੀਟੋਬਾ 온ਟਾਰੀਓ ਤੇ ਨੋਵਾ ਸਕੋਸ਼ੀਆ ਵਿੱਚ ਕਲੀਨਿਕਾਂ ਤੋਂ ਸਾਂਝੇ ਕੀਤੇ ਡਾਟਾ ਦੇ ਉਡੀਕ ਸਮੇਂ ਨੂੰ ਰਿਕਾਰਡ ਕਰਨ ਤੇ ਪੋਸਟ ਕਰਨ ਦੇ ਲਈ ਮੈਰੀਮਾਪ ਸੌਫਟਵੇਅਰ ਦੀ ਵਰਤੋਂ ਕਰਦੇ ਨੇ BC ਦੇ ਅੰਦਰ ਉੱਤਰੀ ਵੈਂਕੂਵਰ ਨੇ 2022 ਦੇ ਅੰਕੜੇ ਤੋਂ 27 ਮਿੰਟ ਵੱਧ ਔਸਤਨ 187 ਮਿੰਟਾਂ ਦੀ ਉਡੀਕ ਦੇ ਨਾਲ ਸਭ ਤੋਂ ਲੰਮਾ ਔਸਤ ਸਮਾਂ ਦੇਖਿਆ ਵਿਕਟੋਰੀਆ ਨੇ ਦੂਜਾ ਸਭ ਤੋਂ ਲੰਮਾ ਔਸਤ ਇੰਤਜ਼ਾਰ ਸਮਾਂ ਦੱਸਿਆ ਜਿਸ ਵਿੱਚ ਜ਼ਿਆਦਾਤਰ ਮਰੀਜ਼ ਲਗਭਗ 107 ਮਿੰਟ ਉਡੀਕਦੇ ਨੇ ਤੇ ਕੋਲੋਨਾ ਨੇ 104 ਮਿੰਟਾਂ ਦੀ ਔਸਤ ਉਡੀਕ ਦਾ ਤੀਜਾ ਸਭ ਤੋਂ ਲੰਮਾ ਸਮਾਂ ਦੇਖਿਆ ਇਸ ਦੌਰਾਨ BC ਵਿੱਚ ਸਭ ਤੋਂ ਘੱਟ ਉਡੀਕ ਸਮਾਂ ਚੇਲੀ ਵੈਗ ਦੇ ਵਿੱਚ 44 ਮਿੰਟ ਆਬਸਵਰ ਦੇ ਵਿੱਚ 55 ਮਿੰਟ ਤੇ ਵੈਨਕੂਵਰ ਵਿੱਚ 62 ਮਿੰਟ ਲੱਗੇ ਮੈਰੀ ਮਾਦੇ ਸੀਈਓ ਨੇ ਕਿਹਾ ਕਿ ਬੀਸੀ ਇਸ ਦੇ ਹੱਥਾਂ ਦੇ ਇੱਕ ਅਸਾਧਾਰਨ ਸਮੱਸਿਆ ਫਿਜ਼ੀਸ਼ੀਨ ਪੇਮੈਂਟ ਮਾਡਲ ਵਿੱਚ ਹਾਲੀਆ ਤਬਦੀਲੀਆਂ ਦੇ ਨਤੀਜੇ ਵਜੋਂ ਕੁਝ ਵਾਕ ਇਨ ਕਲੀਨਿਕ ਅਸਲ ਵਿੱਚ ਬੰਦ ਹੋ ਗਏ ਨੇ ਜਿਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹ ਸਮੱਸਿਆ ਹੋਰ ਵਧਾ ਦਿੱਤੀ ਗਈ ਹੈ ਮੈਨੀਟੇਬਾ ਤੇ অন্ਟਾਰੀਓ ਦੇ ਵਿੱਚ ਮਰੀਜ਼ਵਾਰ ਇਨ ਕਲੀਨਿਕ ਡਾਕਟਰ ਨੂੰ ਮਿਲ ਲੈ ਕੰਮਬਾਰ औਸਤਨ 45 ਤੇ 59 ਮਿੰਟ ਉਡੀਕ ਕਰਦੇ ਹਨ ਜਦੋਂ ਕਿ ਅਲਬਰਟਾ ਵਿੱਚ ਉਹ 68 ਮਿੰਟ ਉਡੀਕ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ